ਜ਼ਿਲ੍ਹਾ ਮੋਗਾ ਦੇ ਵਿੱਚ ਗ੍ਰੈਂਡ ਥੋਰਟਨ ਵੱਲੋਂ 4 ਫਾਰਮਰ ਪ੍ਰੋਡਿਊਸਰ ਕੰਪਨੀਜ਼ ਬਣਾਈਆਂ ਗਈਆਂ ਸੀ। ਇਹ ਚਾਰੋਂ ਆਲ ਵੀਮੈਨ ਨੇ, ਇਹਨਾਂ ਦੇ ਵਿੱਚ 300 ਤੋਂ ਲੈ ਕੇ 500 ਤੱਕ ਵੀਮੈਨ ਹੁੰਦੀਆਂ ਨੇਗੀਆਂ, ਹੌਲੀ ਹੌਲੀ ਹੋਰ ਜੁੜਦੀਆਂ ਜਾਣਗੀਆਂ। ਫਿਰ ਇਹ ਆਪਣੀ ਕੰਟਰੀਬਿਊਸ਼ਨ ਅਤੇ ਗਵਰਨਮੈਂਟ ਵੱਲੋਂ ਜਿਹੜੀ ਹੈਲਪ ਹੁੰਦੀ ਹੈ, ਜਿਵੇਂ ਹੁਣ ਇਫਕੋ ਨੇ ਇਹ ਵਾਲੀ ਹੈਲਪ ਕੀਤੀ ਹੈ, ਇਹਦੇ ਨਾਲ ਇਹ ਆਪਣਾ ਕਾਰੋਬਾਰ ਚਲਾਉਣਗੀਆਂ। ਅਤੇ ਮੁੱਦਾ ਇਹ ਹੈ ਕਿ ਵੀਮੈਨ ਦੀ ਇਨਕਮ ਜਿਹੜੀ ਆ ਉਹ 40-50% ਕਿਵੇਂ ਵਧੇ, ਇਹਦੇ ਲਈ ਆਪਾਂ ਸਾਰੇ ਜਾਣੇ ਕਾਰਜਸ਼ੀਲ ਹੈਗੇ ਹਾਂ। ਅੱਜ ਇੱਕ ਡਰੋਨ ਦਿੱਤੇ ਗਏ ਨੇ ਇਫਕੋ ਵੱਲੋਂ, ਮੇਰੇ ਨਾਲ ਮੇਰੇ ਖੱਬੇ ਪਾਸੇ ਸਿੱਧੂ ਸਾਹਿਬ ਵੀ ਖੜ੍ਹੇ ਨੇ, ਇਫਕੋ ਤੋਂ ਆਏ ਨੇ। ਇਹ ਡਰੋਨ 15 ਲੱਖ ਦਾ ਹੈਗਾ, ਜਿਹਦੇ ਨਾਲ ਇਹ ਚਾਰੋਂ ਲੇਡੀਜ਼ ਨੂੰ ਮਿਲਣੇ ਨੇ, ਬਟ ਅੱਜ ਅਸੀਂ ਇੱਕ ਇਹਨਾਂ ਨੂੰ ਜਸਵਿੰਦਰ ਕੌਰ ਹੋਣਾ ਨੂੰ ਦਿੱਤਾ, ਇਹ ਨਾਲ ਪ੍ਰੀਤੀ ਖੜ੍ਹੀ ਹੈ, ਇਹਨਾਂ ਨੂੰ ਦਿੱਤਾ ਇਹ। ਇਹਦੇ ਨਾਲ ਸਪਰੇਅ ਹੋਏਗੀ ਜਿਹੜਾ ਨੈਨੋ ਯੂਰੀਆ ਜਿਵੇਂ ਜਾਂ ਲਿਕੁਇਡ ਫਾਰਮੈਟ ਦੇ ਵਿੱਚ ਹੋਰ ਵੀ ਜਿਹੜੇ ਆਉਣਗੇ, ਕੋਈ ਪੈਸਟੀਸਾਈਡ, ਇਨਸੈਕਟੀਸਾਈਡ ਜਾਂ ਕੁਛ ਉਸ ਤਰ੍ਹਾਂ ਦੀ ਚੀਜ਼ ਆਏਗੀ, ਉਹ ਸਪਰੇਅ ਕਰਨਗੇ ਡਰੋਨ ਦੇ ਨਾਲ। ਇਹਦੇ ਨਾਲ ਐਫੀਸ਼ੀਐਂਸੀ ਆਏਗੀ ਟੈਕਨੋਲੋਜੀ ਦੀ ਯੂਜ਼ ਨਾਲ। ਮੈਨੂੰ ਇਹ ਦੱਸਿਆ ਜਾ ਰਿਹਾ ਸੀਗਾ ਕਿ ਇਹ 7-8 ਮਿੰਟਾਂ ਦੇ ਵਿੱਚ 1 ਏਕੜ ਦੇ ਵਿੱਚ ਕਰ ਦੇਗੀ। ਪਹਿਲਾਂ ਦੇਖੋ ਆਪਾਂ ਘੰਟਿਆਂ ਬੱਧੀ ਟਾਈਮ ਲੱਗਦਾ ਜਿਹੜਾ ਟ੍ਰੈਡੀਸ਼ਨਲ ਤਰੀਕਾ, ਉਹਦੇ ਨਾਲ ਹੁਣ ਇਹਨਾਂ ਨੂੰ ਟਾਰਗੇਟ ਵੀ ਮਿਲਿਆ ਹੈ ਕਿ ਇਹਨਾਂ ਨੇ 4,000 ਏਕੜ ਦੇ ਵਿੱਚ ਕਰਨਾ, ਜਿਹਦੇ ਨਾਲ ਤੁਸੀਂ ਸਮਝ ਸਕਦੇ ਹੋ ਕਿ ਇਹਨਾਂ ਦੀ ਕਾਫੀ ਸਾਰੀ ਇਨਕਮ ਹੋਏਗੀ। ਔਰ ਇਹ ਸਾਰਾ ਕੁਝ ਫ੍ਰੀ ਆਫ ਕੋਸਟ ਹੈਗਾ। ਮੈਂ ਧੰਨਵਾਦ ਕਰਦਾ GT ਵਾਲਿਆਂ ਦਾ, ਇਫਕੋ ਵਾਲਿਆਂ ਦਾ ਅਤੇ ਗਵਰਨਮੈਂਟ ਆਫ ਇੰਡੀਆ ਦਾ, ਔਰ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਮੇਰੀਆਂ ਸ਼ੁਭ ਇਛਾਵਾਂ ਇਹਨਾਂ ਦੇ ਨਾਲ। 4 ਲੇਡੀਜ਼ ਨੇ ਟੋਟਲ, 25 ਨੇ ਪੰਜਾਬ ਦੇ ਵਿੱਚ ਪਰ 4 ਮੋਗਾ ਦੀਆਂ ਨੇ। ਅਤੇ ਮੈਂ ਇੱਕ ਮਹਿਲਾ ਕਿਸਾਨ ਹੈਗੀ, ਸਾਡੀ ਇੱਕ ਸੁਸਾਇਟੀ ਬਣੀ ਹੋਈ ਆ, ਅਤੇ ਉਹਦੇ ਵਿੱਚ ਮੈਂ ਆਪਣਾ GT ਭਾਰਤ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਅਤੇ ਇਫਕੋ ਕੰਪਨੀ ਵਾਲਿਆਂ ਦਾ ਜਿਹਨੇ ਸਾਨੂੰ ਮਹਿਲਾ ਕਿਸਾਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਅਤੇ ਅੱਜ ਸਾਨੂੰ ਡਰੋਨ ਦਿੱਤਾ, ਅਤੇ ਮੈਂ DC ਸਰ ਦਾ ਵੀ ਧੰਨਵਾਦ ਕਰਦੀ ਹਾਂ, ਅਤੇ ਮੈਂ ਹੁਣ ਅਸੀਂ GT ਭਾਰਤ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਅਤੇ ਮੈਨੂੰ ਜਿਵੇਂ ਹੁਣ ਅੱਗੇ ਵਧਣ ਦਾ ਸਾਨੂੰ ਮੌਕਾ ਦਿੱਤਾ, ਲੇਡੀਜ਼ ਬਾਹਰ ਨਿਕਲ ਕੇ ਕੰਮ ਕਰਨਗੀਆਂ, ਖੇਤਾਂ ਦੇ ਵਿੱਚ ਸਪਰੇਅ ਕਰਾਂਗੇ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨਾਂ ਦੇ ਨਾਲ ਮਿਲ ਕੇ ਜਿਹੜੀ ਸਪਰੇਅ ਹੋਊਗੀ ਉਹਦੇ ਵਿੱਚੋਂ ਝਾੜ ਵੀ ਵਧੂਗਾ, ਅਤੇ ਜਿਹਨੇ ਪ੍ਰੋਪਰ ਤਰੀਕੇ ਨਾਲ ਸਪਰੇਅ ਦੀ ਜ਼ਰੂਰਤ ਸੀ ਉਸ ਪ੍ਰੋਪਰ ਤਰੀਕੇ ਨਾਲ ਆਪਾਂ ਸਪਰੇਅ ਕਰਾਂਗੇ। ਮੈਮ ਜੇ ਆਪਾਂ ਗੱਲ ਕਰੀਏ ਡਰੋਨ ਦੀ, ਤੇ ਡਰੋਨ ਦੇ ਕੋਲ ਡਰੋਨ ਦੀ ਕਿੰਨੀ ਕੀਮਤ ਹੈਗੀ, ਤੁਹਾਡੇ ਕੋਲ ਕੋਈ ਪੇਮੈਂਟ ਵਗੈਰਾ ਲਿੱਤੀ ਗਈ ਹੈਗੀ? ਨਹੀਂ ਸਰ, ਸਾਨੂੰ ਫ੍ਰੀ ਆਫ ਕੋਸਟ ਡਰੋਨ ਦਿੱਤਾ ਗਿਆ, ਤੇ ਇਹਦੀ ਕੀਮਤ ਹੈਗੀ ਹੈ DC ਸਰ ਨੇ ਦੱਸਿਆ ਹੀ ਆ 15 ਲੱਖ ਰੁਪਏ ਦੀ। ਤੇ ਟੋਟਲ ਕਿੰਨੀਆਂ ਮਹਿਲਾਵਾਂ ਆਪਣੇ ਮੋਗੇ ਜ਼ਿਲ੍ਹੇ 'ਚ ਇਸ ਵੇਲੇ ਕੰਮ ਕਰਨੀਆਂ ਨੇ? ਮੋਗੇ ਜ਼ਿਲ੍ਹੇ ਦੇ ਵਿੱਚ ਸਰ 4 ਮਹਿਲਾਵਾਂ ਕੰਮ ਕਰਨੀਆਂ। 4 ਡਰੋਨ ਮਿਲੇਗਾ ਤੇ ਵੱਖ-ਵੱਖ ਪਿੰਡਾਂ ਜਾਓਗੇ ਜੀ ਸਰ? ਇਹਦੇ ਵਿੱਚ ਤੁਸੀਂ ਚਾਰਜਸ ਵਗੈਰਾ ਕਿੰਨੇ ਕਲੀਅਰ ਕਰੋਗੇ ਜੀ? ਸਰ ਆਈਡੀਆ ਵੀ ਹੁਣ 200-250 ਰੁਪਏ ਦੇ ਹਿਸਾਬ ਨਾਲ ਪਰ ਏਕੜ ਦੀ ਦੱਸਿਆ ਗਿਆ ਹੈ। ਪਰ ਏਕੜ ਲਿਆ? ਹਾਂਜੀ। ਕਿੰਨਾ ਕੁ ਫਾਇਦਾ ਹੋਊਗਾ ਜੀ ਮਹਿਲਾਵਾਂ ਨੂੰ? ਮਹਿਲਾਵਾਂ ਨੂੰ ਵੀ ਦੇਖੋ, ਇੱਕ ਤਾਂ ਰੁਜ਼ਗਾਰ ਮਿਲ ਗਿਆ ਸਰ, ਦੂਸਰਾ ਵੀ ਉਹਨਾਂ ਨੂੰ ਇੱਕ ਕਮਾਈ ਦਾ ਸਾਧਨ ਮਿਲ ਗਿਆ, ਅਤੇ ਮੈਨੂੰ ਲੱਗਦਾ ਵੀ ਕਾਫੀ ਪਰਸੈਂਟ ਲਾਭ ਮਿਲੂਗਾ ਹੁਣ ਲੇਡੀਜ਼ ਨੂੰ ਕੰਮ।